नमस्कार जी, मैं हाँ बलविंदर हाली ते तुसी देख रहे हो पंजाब डायरी। पंजाब दी कांग्रेस विच इस वेले बड़ा वड्डा रफड़ पिया होया है ते कैप्टन अमरिंदर सिंह मुख्यमंत्री पंजाब ने बागी हुए विधायकां ते मंत्रियां नाल सहमति दी जगह एक नवा पैंतड़ा अख्तियार किया होया है ते उसने पंजाब दे खुफिया विभाग तो इन्हां विधायकां अते मंत्रियां दे खिलाफ रिपोर्टां हासिल कीतियां हन। सूत्रों तो पता लगा है कि कैप्टन अमरिंदर सिंह ने पंजाब पुलिस के खुफिया विभाग तो यह पता करवा के रिपोर्टा हासिल कीतियां कि केड़ा केड़ा मंत्री या केड़ा केड़ा विधायक केड़े केड़े गैर कानूनी धंधे कर रहा है या करवा रहा है। यह भी पता लगा है कि यह रिपोर्टा हुण कांग्रेस की उस कमेटी अगे रखिया जाएगियां जड़ियां कि श्रीमती सोनिया गांधी ने पंजाब के इस रफड़ नूं हल करने लई तीन मैंबरी खड़गे कमेटी बनाई हुई है। ਜ਼ਿਕਰਯੋਗ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਰੱਫੜ ਪੂਰੇ ਜੋਬਨ 'ਤੇ ਹੈ, ਜਿਸ ਦੀ ਕਿ ਸ਼ੁਰੂਆਤ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਪ੍ਰਗਟ ਸਿੰਘ ਤੋਂ ਹੋਈ ਸੀ। ਹੁਣ ਇਸ ਵੇਲੇ 25 ਵਿਧਾਇਕ ਅਤੇ ਅੱਧੀ ਦਰਜਨ ਦੇ ਕਰੀਬ ਮੰਤਰੀ ਕੈਪਟਨ ਦੀ ਲੀਡਰਸ਼ਿਪ ਖਿਲਾਫ਼ ਬਗਾਵਤ ਕਰ ਚੁੱਕੇ ਹਨ ਅਤੇ ਇਹਨਾਂ ਨੂੰ ਹਾਈਕਮਾਂਡ ਨੇ ਦਿੱਲੀ ਬੁਲਾਇਆ ਹੋਇਆ ਹੈ। ਇਹਨਾਂ ਦਾ ਮਸਲਾ ਹੱਲ ਕਰਨ ਲਈ ਰਾਹੁਲ ਗਾਂਧੀ ਖੁਦ ਵਿਧਾਇਕਾਂ ਅਤੇ ਮੰਤਰੀਆਂ ਨਾਲ ਫੋਨ 'ਤੇ ਰਾਬਤਾ ਰੱਖ ਰਹੇ ਹਨ ਅਤੇ ਉਹਨਾਂ ਨਾਲ ਲਗਾਤਾਰ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਲੱਗੇ ਹੋਏ ਹਨ। ਕਾਂਗਰਸ ਦੀ ਸਰਕਾਰ ਵਿੱਚ ਪਏ ਇਸ ਰੱਫੜ ਕਰਕੇ ਪੂਰੇ ਪੰਜਾਬ ਵਿੱਚ ਵੀ ਲੋਕ ਦੁਖੀ ਹੋਏ ਪਏ ਹਨ। ਸਰਕਾਰ ਨੇ ਤਾਂ ਦੁਖੀ ਹੋਣਾ ਹੀ ਹੈ ਅਤੇ ਮੰਤਰੀਆਂ ਨੇ ਤਾਂ ਦੁਖੀ ਹੋਣਾ ਹੀ ਹੈ, ਕਿਉਂਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਦੇ ਮਾਮਲੇ ਵਿੱਚ ਉੱਧਰ ਉਲਝੇ ਹੋਏ ਹਨ ਅਤੇ ਉੱਧਰੋਂ ਪੰਜਾਬ ਵਿੱਚ 20 ਦਿਨਾਂ ਤੋਂ ਸਫਾਈ ਸੇਵਕ, ਡੀਸੀ ਦਫ਼ਤਰਾਂ ਦੇ ਕਾਮੇ ਅਤੇ ਪਾਵਰਕਾਮ ਦੇ ਠੇਕਾ ਮੁਲਾਜ਼ਮ ਵੀ ਹੜਤਾਲ 'ਤੇ ਹਨ ਅਤੇ ਇਸ ਕਰਕੇ ਮੁੱਖ ਮੰਤਰੀ ਇਹਨਾਂ ਦੇ ਮਾਮਲੇ ਵਿੱਚ ਦਖਲ ਨਹੀਂ ਦੇ ਰਹੇ ਅਤੇ ਹਾਲੇ ਤੱਕ ਇਹਨਾਂ ਦੀ ਕੋਈ ਸੁੱਖ ਸਾਂਦ ਨਹੀਂ ਪੁੱਛੀ ਗਈ, ਜਿਸ ਕਰਕੇ ਉੱਧਰ ਮੁਲਾਜ਼ਮ ਔਖੇ ਹਨ ਅਤੇ ਦੂਜੇ ਪਾਸੇ ਇਹਨਾਂ ਦੀ ਹੜਤਾਲ ਕਰਕੇ ਲੋਕ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ। ਫਿਲਹਾਲ ਤਾਂ ਕੈਪਟਨ ਵਾਲਾ ਕੋਈ ਵੀ ਮਸਲਾ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਹੜਤਾਲੀ ਮੁਲਾਜ਼ਮਾਂ ਵੱਲ ਇਸ ਮਸਲੇ ਦੇ ਹੱਲ ਨਾ ਹੋਣ ਕਰਕੇ ਕੋਈ ਦਿਖਾਈ ਦੇਵੇਗਾ ਅਤੇ ਇਹਨਾਂ ਵੱਲ ਕੋਈ ਧਿਆਨ ਦੇਵੇਗਾ। ਇਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਵਧਣੀਆਂ ਸੁਭਾਵਿਕ ਹਨ। ਲੋਕ ਤਿਆਰ ਰਹਿਣ, ਜਿੰਨੀ ਦੇਰ ਕੈਪਟਨ ਅਮਰਿੰਦਰ ਸਿੰਘ ਦਾ ਮਸਲਾ ਹੱਲ ਨਹੀਂ ਹੁੰਦਾ, ਇਹ ਮੁਸ਼ਕਲਾਂ ਦੇ ਨਾਲ ਲੜਨਾ, ਮੁਸ਼ਕਲਾਂ ਨਾਲ ਜੂਝਣਾ ਸਿੱਖ ਲੈਣ।